ਮਾਸੂਮ ਬੱਚੇ ਅਤੇ ਆਪਣੀ ਪਤਨੀ ਦੇ ਨਾਲ ਜਦੋਂ ਪਤੀ ਰਾਹ ਦੇ ਵਿੱਚੋਂ ਜਾ ਰਿਹਾ ਸੀ ਤਾਂ ਨਹਿਰ ਦੇ ਕੰਢੇ ਪਹੁੰਚਣ ਤੋਂ ਪਹਿਲਾਂ ਹੀ ਉਸਨੂੰ ਦਿਲ ਦੇ ਵਿੱਚ ਦਰਦ ਹੋਣਾ ਸ਼ੁਰੂ ਹੁੰਦਾ। ਉਸਦੀ ਕਾਰ ਡਿਵਾਈਡਰ ਦੇ ਨਾਲ ਟਕਰਾਉਂਦੀ ਹੈ ਅਤੇ ਸਿੱਧਾ ਜਾ ਕੇ ਨਹਿਰ ਦੇ ਵਿੱਚ ਜਾ ਡਿੱਗਦੀ ਹੈ। ਬੇਹੱਦ ਹੀ ਦਰਦਨਾਕ ਹਾਦਸਾ ਇਸ ਪਰਿਵਾਰ ਦੇ ਨਾਲ ਹੋਇਆ ਜਿੱਥੇ ਕਾਰ ਦੇ ਵਿੱਚ 4 ਜਾਣੇ ਸਵਾਰ ਸਨ। ਇਸ ਦੇ ਵਿੱਚ ਮਾਸੀ, ਇੱਕ ਪਤੀ, ਉਸਦੀ ਪਤਨੀ ਅਤੇ ਬੱਚਾ ਸ਼ਾਮਿਲ ਨੇ। ਦੱਸਦੇ ਕਿ ਇਸ ਹਾਦਸੇ ਤੋਂ ਬਾਅਦ 2 ਜਾਣਿਆਂ ਦੀ ਜਾਨ ਜਾਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਸਵੇਰ ਦੇ ਸਮੇਂ ਇਹ ਭਿਆਨਕ ਹਾਦਸਾ ਉਦੋਂ ਵਾਪਰਿਆ ਜਦੋਂ ਕਾਰ ਬੇਕਾਬੂ ਹੋ ਕੇ ਨਹਿਰ ਦੇ ਵਿੱਚ ਜਾ ਡਿੱਗੀ। ਇਸ ਦੌਰਾਨ ਇੱਕ ਆਦਮੀ ਅਤੇ ਇੱਕ ਔਰਤ ਦੀ ਜਾਨ ਜਾਣ ਦੀ ਖਬਰ ਮਿਲੀ। ਮ੍ਰਿਤਕਾਂ ਦੀ ਪਛਾਣ ਇੰਦਰਜੀਤ ਸਿੰਘ ਅਤੇ ਪਰਸ਼ੋਤਮ ਕੌਰ ਦੇ ਵਜੋਂ ਕੀਤੀ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਨਜ਼ਦੀਕੀ ਚੌਂਕੀ 'ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਨਹਿਰ ਦੇ ਵਿੱਚ ਤੁਰੰਤ ਹੀ ਛਾਲ ਮਾਰ ਦਿੱਤੀ ਅਤੇ ਕਾਰ ਦੇ ਵਿੱਚ ਸਵਾਰ ਔਰਤ ਅਤੇ ਉਸਦੇ ਮਾਸੂਮ ਬੱਚੇ ਦੀ ਜਾਨ ਬਚਾ ਲਈ, ਪਰ ਉਹ 2 ਹੋਰ ਕੀਮਤੀ ਜਾਨਾਂ ਨਹੀਂ ਬਚਾ ਸਕੀ। ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਆਪਣੀ ਪਤਨੀ ਹਰਪ੍ਰੀਤ ਕੌਰ, ਪੁੱਤਰ ਗੁਰਬਾਜ ਸਿੰਘ ਅਤੇ ਮਾਸੀ ਦੇ ਨਾਲ ਗੜਸ਼ੰਕਰ ਤੋਂ ਜਲੰਧਰ ਜਾ ਰਿਹਾ ਸੀ। ਫਗਵਾੜਾ ਦੇ ਪਿੰਡ ਬੋਹਾ ਦੇ ਨੇੜੇ ਇੰਦਰਜੀਤ ਸਿੰਘ ਨੂੰ ਅਚਾਨਕ ਹੀ ਘਬਰਾਹਟ ਹੋਣ ਲੱਗਦੀ ਹੈ। ਇਸ ਦੇ ਕਾਰਨ ਕਾਰ ਆਪਣਾ ਸੰਤੁਲਨ ਗਵਾ ਬੈਠਦੀ ਹੈ ਅਤੇ ਬੇਕਾਬੂ ਹੋ ਕੇ ਡਿਵਾਈਡਰ ਦੇ ਨਾਲ ਟਕਰਾਉਣ ਤੋਂ ਬਾਅਦ ਨਹਿਰ ਦੇ ਵਿੱਚ ਜਾ ਡਿੱਗੀ। ਮੌਕੇ 'ਤੇ ਨਾਕੇ ਦੇ ਖੜ੍ਹੇ ਰਾਹਗੀਰਾਂ ਅਤੇ ਪੁਲਿਸ ਮੁਲਾਜ਼ਮਾਂ ਨੇ ਹਰਪ੍ਰੀਤ ਕੌਰ ਅਤੇ ਉਸਦੇ ਪੁੱਤ ਗੁਰਬਾਜ ਨੂੰ ਤਾਂ ਬਚਾ ਲਿਆ ਅਤੇ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ, ਪਰ ਉਸਦਾ ਪਤੀ ਇੰਦਰਜੀਤ ਸਿੰਘ ਅਤੇ ਮਾਸੀ ਪਰਸ਼ੋਤਮ ਕੌਰ ਨੂੰ ਬਚਾਉਣ ਦੇ ਵਿੱਚ ਉਹ ਨਾਕਾਮਯਾਬ ਰਹੇ। ਫਿਲਹਾਲ ਪੁਲਿਸ ਨੇ ਦੋਹਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਨੇ। ਇਹ ਪੂਰੀ ਦੁਰਘਟਨਾ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ ਸੀ ਅਤੇ ਹੁਣ ਉਹਨਾਂ ਦਾ ਕਹਿਣਾ ਸੀ ਕਿ ਨਹੀਂ ਪਤਾ ਲੱਗਿਆ ਕਿ ਆਖਿਰਕਾਰ ਇਹ ਘਟਨਾ ਹੋਈ ਕਿਵੇਂ ਹੈ। ਕਾਰ ਦੇ ਵਿੱਚ ਬੈਠੀ ਪਤਨੀ ਨੇ ਦੱਸਿਆ ਕਿ ਘਬਰਾਹਟ ਹੋਣ ਦੀ ਗੱਲ ਜ਼ਰੂਰ ਉਸਦੇ ਪਤੀ ਨੇ ਆਖੀ ਸੀ ਅਤੇ ਦੇਖਦੇ ਹੀ ਦੇਖਦੇ ਕਾਰ ਟਕਰਾਈ ਅਤੇ ਸਿੱਧਾ ਨਹਿਰ ਦੇ ਵਿੱਚ ਜਾ ਡਿੱਗੀ। ਸਾਰਾ ਪਰਿਵਾਰ ਘਬਰਾ ਚੁੱਕਿਆ ਸੀ, ਪਰ ਕੁਝ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਔਰਤ ਅਤੇ ਉਸਦੇ ਬੱਚੇ ਨੂੰ ਤਾਂ ਪੁਲਿਸ ਵਾਲਿਆਂ ਨੇ ਬਾਹਰ ਕੱਢ ਲਿਆ, ਪਰ ਉਸ ਵਿਅਕਤੀ ਦੀ ਜੋ ਕਿ ਡਰਾਈਵਰ ਸੀ, ਇਸ ਔਰਤ ਦਾ ਪਤੀ, ਉਸਦੀ ਜਾਨ ਨਹੀਂ ਬਚ ਪਾਈ। ਨਾਲ ਹੀ ਮਾਸੀ ਵੀ ਇਸ ਦੁਖਦ ਘਟਨਾ ਦਾ ਸ਼ਿਕਾਰ ਹੋਈ ਹੈ। 4 ਜਾਣੇ ਸੀਗੇ, ਮੈਂ, ਮੇਰਾ ਬੇਟਾ, ਮੇਰੇ ਹਸਬੈਂਡ ਤੇ ਮੇਰੇ ਮਾਸੀ ਜੀ। ਅੱਛਾ, ਤੇ ਕਿਵੇਂ ਹੋਇਆ ਇੱਕਦਮ ਇਹ ਜਿਹੜਾ? ਉਹ ਮੇਰੇ ਹਸਬੈਂਡ ਨੂੰ ਕੁਝ ਹੋਣ ਲੱਗ ਪਿਆ ਸੀਗਾ, ਜਿਵੇਂ ਦਿਲ 'ਚ ਦਰਦ ਜਾਂ ਕੁਛ ਏਦਾਂ ਹੋਣ ਲੱਗ ਪਿਆ ਸੀਗਾ। ਹਾਂਜੀ, ਤੇ ਉਹ ਫਿਰ ਉਹਨਾਂ ਕੋਲ ਗੱਡੀ ਬ੍ਰੇਕ ਨਹੀਂ ਲੱਗੀ ਉਹਨਾਂ ਕੋਲ, ਤੇ ਉਹ ਅਚਾਨਕ ਕਿਸੇ 'ਚ ਵੱਜ ਕੇ ਗੱਡੀ ਸਿੱਧੀ ਵਿੱਚ ਗਿਰ ਗਈ। ਅੱਜ ਇੰਦਰਜੀਤ ਸਿੰਘ ਨੇ, ਸਨ ਆਫ ਅਵਤਾਰ ਸਿੰਘ, ਬਗਵਾਈ ਪਿੰਡ ਤੋਂ, ਇਹ ਅੱਜ ਆਪਣੀ ਮਿਸਿਜ ਹਰਪ੍ਰੀਤ ਕੌਰ ਨਾਲ, ਬੇਟਾ ਗੁਰਬਾਜ ਸਿੰਘ 7 ਸਾਲ ਨਾਲ, ਅਤੇ ਆਪਣੀ ਮਾਸੀ ਪਰਸ਼ੋਤਮ ਕੌਰ ਵਿਧੀ ਸੋਨਾ ਨਾਲ ਗੜਸ਼ੰਕਰ ਤੋਂ ਆ ਰਹੀ ਸੀ, ਜਲੰਧਰ ਜਾ ਰਹੇ ਸੀ। ਅਚਾਨਕ ਇਹਨਾਂ ਦੀ ਜਿਹੜੀ ਗੱਡੀ ਜਦੋਂ ਬਹੂਏ ਕੋਲ ਪਹੁੰਚੀ ਹੈ, ਅਤੇ ਉਸ ਤੋਂ ਬਾਅਦ ਇੱਕਦਮ ਉਹਨਾਂ ਨੇ ਅਨਈਜ਼ੀਨੈਸ ਫੀਲ ਕੀਤਾ ਹੈ ਡਰਾਈਵਰ ਨੇ, ਇੰਦਰਜੀਤ ਸਿੰਘ ਨੇ, ਜਿਹਦੇ ਨਾਲ ਇੱਕਦਮ ਉਹਨੂੰ ਗੱਡੀ ਦੇ ਉਹਨਾਂ ਦਾ ਕੰਟਰੋਲ ਲੂਜ਼ ਹੋ ਗਿਆ, ਅਤੇ ਗੱਡੀ ਇਸ ਤਰ੍ਹਾਂ ਸਾਈਡ ਬਹੂਆ ਪਿੰਡ, ਇੱਕ ਜਿਹੜਾ ਟੋਭਾ ਹੈ, ਛੱਪੜ ਹੈ, ਕਾਫੀ ਡੂੰਘਾ, ਉਹ ਡਿਵਾਈਡਰ ਨਾਲ ਟਕਰਾ ਕੇ ਸਾਈਡ ਨਾਲ ਟਕਰਾ ਕੇ, ਅਤੇ ਉਹਦੇ 'ਚ ਟੋਭੇ 'ਚ ਡਿੱਗ ਪਈ ਹੈ। ਇਹ ਸੇਫਲੀ ਲੋਕਾਂ ਨੇ, ਜਿਹੜੇ ਉਹਨਾਂ ਦੀ ਮਿਸਿਜ ਹਰਪ੍ਰੀਤ ਕੌਰ ਹੈ ਅਤੇ ਬੇਟਾ ਗੁਰਬਾਜ ਸਿੰਘ ਨੂੰ, ਸੇਫਲੀ ਇਵੈਕੂਏਟ ਕਰ ਲਿਆ ਵਿੱਚੋਂ, ਅਤੇ ਜਿਹੜੇ ਇੰਦਰਜੀਤ ਸਿੰਘ ਅਤੇ ਉਹਨਾਂ ਦੀ ਮਾਸੀ ਹੈ ਪਰਸ਼ੋਤਮ ਕੌਰ, ਉਹਨਾਂ ਦੀ ਬੋਡੀ ਵੀ ਥੋੜ੍ਹੀ ਦੇਰ ਬਾਅਦ ਲੋਕਾਂ ਨੇ ਸਹਿਯੋਗ ਨਾਲ ਬਾਹਰ ਕੱਢ ਲਈ ਗਈ ਹੈ, ਜੋ ਕਿ ਹੁਣ ਫਗਵਾੜਾ
ਸ਼ਿਫਟ ਕੀਤੀ ਗਈ। ਉਹ ਬਿਲਕੁਲ ਠੀਕ ਨੇ ਬੇਟੇ ਦੇ, ਥੋੜ੍ਹਾ ਜਿਹਾ ਅੱਖ ਤੇ ਮਾਈਨਰ ਜੀ ਇੰਜਰੀ ਨੇ, ਜਿਹੜੇ ਹਸਪੀਟਲ ਉਹਨਾਂ ਦਾ ਹਜੇ ਸ਼ਿਫਟ ਕੀਤੇ ਨੇ, ਮੈਂ ਉਹਨਾਂ ਦਾ ਬੈਕਅਪ ਲੈ ਰਿਹਾ। ਜਿਹੜੇ ਉਹਨਾਂ ਦੇ ਮਿਸਿਜ ਨੇ, ਹਰਪ੍ਰੀਤ ਕੌਰ ਨੇ ਦੱਸਿਆ ਕਿ ਅਨਈਜ਼ੀਨੈਸ ਫੀਲ ਹੋਈ ਹੈ, ਜਿਵੇਂ ਹਾਰਟ ਦੇ ਦਰਦ ਫੀਲ ਹੋਇਆ, ਅਤੇ ਉਸ ਤੋਂ ਬਾਅਦ ਉਹਨਾਂ ਦੀ ਗੱਡੀ ਦੇ ਕੰਟਰੋਲ ਲੂਜ਼ ਹੋ ਗਏ। ਇਹ ਵੀ ਕਾਰਨ ਮੰਨਿਆ ਜਾ ਰਿਹਾ ਵੀ ਟੋਲ ਪਲਾਜ਼ਾ ਨੇੜੇ ਆ, ਰਿਕਵਰੀ ਵੈਨ ਇੱਕਦਮ ਨਹੀਂ ਆਈ, ਐਂਬੂਲੈਂਸ ਬੜੀ ਲੇਟ ਆਈ ਹੈ। ਰਿਕਵਰੀ ਵੈਨ ਇੱਕਦਮ ਸਾਡੇ ਨਾਲ ਹੀ ਸੀਗੀ, ਰਿਕਵਰੀ ਵੈਨ ਥੋੜ੍ਹਾ ਟ੍ਰੈਫਿਕ ਦਾ ਜਾਮ ਲੱਗ ਗਿਆ ਗੱਡੀ ਦੇ ਵਿੱਚ, ਅਤੇ ਉਹਦੇ ਕਰਕੇ ਰਿਕਵਰੀ ਵੈਨ ਥੋੜ੍ਹੀ ਉਦੋਂ ਬਾਅਦ ਆਈ ਹੈ। ਟ੍ਰੈਫਿਕ ਜਦੋਂ ਖੋਲ੍ਹੀ ਉਸ ਤੋਂ ਬਾਅਦ ਹੀ ਰਿਕਵਰੀ ਵੈਨ ਅੱਗੇ ਪਹੁੰਚ ਸਕੀ। ਪਹਿਲਾਂ ਪਿੰਡ ਵਾਲੇ ਟਰੈਕਟਰ ਨਾਲ ਕੋਸ਼ਿਸ਼ ਕਰ ਰਹੇ ਸੀ, ਬਟ ਟਰੈਕਟਰ ਨਾਲ ਗੱਲ ਨਹੀਂ ਸੀ ਮਾਰਦੇ।